ਡਿਊਟੀ ਤੋਂ ਵਾਪਸ ਪਰਤਦੇ ਸਮੇਂ ਇੱਕ ਰੋਡਵੇਜ਼ ਦੇ ਡਰਾਈਵਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਕਈ ਵਾਰ ਤਿੱਖੇ ਹਥਿਆਰਾਂ ਦੇ ਨਾਲ ਉਸ ਡਰਾਈਵਰ ਦੇ ਉੱਤੇ ਕੀਤੇ ਗਏ ਨੇ, ਜਿਸ ਤੋਂ ਬਾਅਦ ਉਸਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੁਝ ਲੋਕ ਕਾਰ ਦੇ ਵਿੱਚ ਸਵਾਰ ਹੋ ਕੇ ਉਸ ਰੋਡ ਤੋਂ ਨਿਕਲ ਰਹੇ ਸੀ ਤਾਂ ਉਹਨਾਂ ਨੇ ਇੱਕ ਬਾਈਕ ਡਿੱਗਿਆ ਹੋਇਆ ਦੇਖਿਆ ਅਤੇ ਨਾਲ ਹੀ ਕੁਝ ਦੂਰੀ ਦੇ ਉੱਤੇ ਇੱਕ ਵਿਅਕਤੀ ਵੀ ਗਿਰਿਆ ਹੋਇਆ ਸੀ। ਜਦੋਂ ਉਹ ਉਹਨਾਂ ਦੇ ਕੋਲ ਪਹੁੰਚੇ ਤਾਂ ਉਹ ਵਿਅਕਤੀ ਖੂਨ ਦੇ ਨਾਲ ਕਾਫੀ ਲਥਪਥ ਹੋਇਆ ਪਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਹੀ ਉਸਨੇ ਦਮ ਤੋੜ ਦਿੱਤਾ। ਤਾਂ ਕਿਹਾ ਜਾ ਰਿਹਾ ਹੈ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸਦੇ ਉੱਤੇ ਕਈ ਵਾਰ ਕੀਤੇ ਹੋਏ ਸੀ। ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਉਸਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਜਾ ਕੇ ਵੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ। ਤਾਂ ਦੱਸ ਦਈਏ ਕਿ ਉਕਤ ਵਿਅਕਤੀ ਦੀ ਪਹਿਚਾਣ ਰੋਡਵੇਜ਼ ਦੇ ਡਰਾਈਵਰ ਵਜੋਂ ਹੋਈ ਹੈ। ਹਾਲਾਂਕਿ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸਦੇ ਬਾਰੇ ਸੂਚਿਤ ਕਰ ਦਿੱਤਾ ਗਿਆ, ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਲਗਾਤਾਰ ਉਸਨੂੰ ਫੋਨ ਦੇ ਉੱਤੇ ਧਮਕੀਆਂ ਵੀ ਮਿਲ ਰਹੀਆਂ ਸਨ। ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਤਰਸੇਮ ਸਿੰਘ ਜੀ। ਕੀ ਗੱਲਬਾਤ ਹੋਈ ਇੱਥੇ? ਅਸੀਂ ਤਰਨ ਤਾਰਨ ਤੋਂ ਆਉਂਦੇ ਹਾਂ ਜੀ, ਅਤੇ ਇੱਥੇ ਅਸੀਂ ਵੇਖਿਆ ਇੱਕ ਮੋਟਰਸਾਈਕਲ ਡਿੱਗਾ ਅਤੇ ਬਾਬੇ ਭੰਡਾਰੀ ਦੀ ਜਗ੍ਹਾ ਲੱਗ ਗਏ ਅਤੇ ਅਸੀਂ ਰੋਕ ਕੇ ਵੇਖਿਆ ਅਤੇ ਲਾਗੇ ਇੱਕ ਬੰਦਾ ਪਿਆ ਵਾ। ਅਸੀਂ ਤਾਂ ਕਿਹਾ ਵੀ ਵੈਸੇ ਚਲੋ ਕਿਤੇ ਡਿੱਪ ਆਊਗਾ ਅਤੇ ਉਹ ਉਦੋਂ ਮਤਲਬ ਵੀ ਉਹਦੀ ਜਿਤਨਾ ਦੰਦਲ ਪਈ ਸੀਗੀ ਅਤੇ ਸਾਹ ਬੜੇ ਔਖੇ ਔਖੇ ਆਉਣ ਡੇ ਸੀਗੇ। ਅਸੀਂ ਆਪਣੀ ਗੱਡੀ 'ਚੋਂ ਪਾਣੀ ਪੂਣੀ ਕੱਢਿਆ ਪਾਇਆ ਉਹਦੀ ਦੰਦਲ ਉਹਦੀ ਤੋੜੀ, ਉਹ ਮੁੜ ਕੇ ਸਾਡੇ ਹੱਥਾਂ ਦੇ ਵਿੱਚ ਹੀ ਦਮ ਤੋੜ ਗਿਆ। ਲਾਗੇ ਅਸੀਂ ਗੁਰਦੁਆਰਾ ਵਾਲੇ ਸਿੰਘ ਸੀ, ਉਹਨਾਂ ਨੂੰ ਆਵਾਜ਼ ਮਾਰੀ ਅਤੇ ਉਹ ਵੀ ਆਏ ਬਾਹਰ। ਮੁੜ ਕੇ ਫਿਰ ਅਸੀਂ ਉਹਦਾ ਮੋਬਾਈਲ ਕੱਢ ਕੇ ਵੀ ਸ਼ਾਇਦ ਇਹਦੇ ਆਪਣਾ ਕਰੀਏ ਪਰਿਵਾਰ ਨੂੰ ਟੈਲੀਫੋਨ, ਉਹਨੂੰ ਲੌਕ ਲੱਗਾ ਸੀਗਾ। ਫਿਰ ਮਗਰੋਂ ਉਹਦਾ ਆਇਡੈਂਟੀ ਕਾਰਡ ਮਿਲ ਪਿਆ, ਆਪਣਾ ਆਧਾਰ ਕਾਰਡ ਮਿਲ ਗਿਆ, ਉਹ ਤੋਂ ਪਤਾ ਲੱਗਾ। ਫਿਰ ਅਸੀਂ ਐਂਬੂਲੈਂਸ ਨੂੰ ਟੈਲੀਫੋਨ ਕੀਤਾ, ਥਾਣੇ ਟੈਲੀਫੋਨ ਕੀਤਾ, ਸਾਰਿਆਂ ਨੂੰ ਕੀਤਾ ਅਤੇ ਉਹਨਾਂ ਚਿਰ ਨੂੰ ਫਿਰ ਉਹਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਗਿਆ, ਆ ਗਏ ਉਹਨਾਂ ਚਿਰ ਨੂੰ ਉਹਦੀ ਜਿਹੜੀ ਆ ਡੈਥ ਹੋ ਗਈ, ਡੈਥ ਹੋ ਚੁੱਕੀ ਸੀ। ਇੱਥੇ ਅੱਜ ਇੱਕ ਮੌਕੇ 'ਤੇ ਆਏ ਹਾਂ ਜੀ, ਇੱਥੇ ਸਾਨੂੰ ਮੈਸੇਜ ਆਇਆ ਵੀ ਇੱਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ। ਜਦੋਂ ਮੌਕੇ 'ਤੇ ਆ ਕੇ ਦੇਖਿਆ ਤਾਂ ਇੱਥੇ ਬੰਦਾ ਇੱਕ ਜਿਹੜਾ ਵਾ ਕਿਰਚੋ ਵੱਜੀ ਸੀ ਉਹਦੇ ਅਤੇ ਉਹ ਮ੍ਰਿਤਕ ਪਿਆ ਸੀਗਾ। ਠੀਕ ਆ, ਇੱਥੇ ਮੌਕੇ 'ਤੇ ਪਹੁੰਚ ਕੇ ਹੁਣ ਜਿਹੜੀ ਆ ਤਸਦੀਕ ਕਰ ਰਹੇ ਹਾਂ, ਜੋ ਵੀ ਹਾਲਾਤ ਪਾਏ ਗਏ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾਊ। ਪਰਿਵਾਰ ਵੱਲੋਂ ਤਾਂ ਇੱਕ ਤੱਕ ਨਾਂ ਲਿਆ ਜਾ ਰਿਹਾ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਸੀਗੀਆਂ। ਦੇਖੋ ਜੀ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ, ਇਹ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਹਦੇ ਮੁਤਾਬਕ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ।